ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਬਡਾਲਾ, ਜਿਨ੍ਹਾਂ ਨੇ ਇੱਥੇ ਕੀਰਤਨ ਕਰਨਾ ਸੀ ਅਤੇ ਹਾਜ਼ਰੀ ਭਰਨੀ ਸੀ, ਉਹ ਕਿਛੇ ਕਾਰਨਾਂ ਕਰਕੇ ਇੱਥੇ ਨਹੀਂ ਪਹੁੰਚ ਸਕੇ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ 8 ਸਤੰਬਰ 2024 ਤੇ ਅੰਮ੍ਰਿਤ ਵੇਲਾ ਕਹਿ ਲਈਏ, ਰਾਤ ਦਾ ਤੀਜੇ ਪਹਿਰ ਦਾ 1:30 ਵਜ ਗਿਆ। ਅੱਜ 8 ਤਰੀਕ ਨੂੰ ਸਾਡਾ ਜੰਮੂ ਗੁਰਦੁਆਰਾ ਕਲਗੀਧਰ ਸਾਹਿਬ ਵੱਲੋਂ ਕੀਰਤਨ ਬੋ ਕੀਤਾ ਗਿਆ ਸੀ, ਪਹਿਲੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਬਖਸ਼ੀ ਨਗਰ। ਤੇ ਜਦੋਂ ਅਸੀਂ ਜੰਮੂ ਪਹੁੰਚ ਗਏ ਹਾਂ ਤੇ ਸਾਨੂੰ ਇੱਥੇ ਆ ਕੇ ਪਤਾ ਲੱਗਦਾ ਆ ਕਿ ਤੁਹਾਡਾ ਜਿਹੜਾ ਕੀਰਤਨ ਅੱਜ ਦੁਪਹਿਰ ਦਾ ਆ ਉਹ ਰੱਦ ਕੀਤਾ ਗਿਆ। ਸਿੱਖ ਸੰਗਤਾਂ ਨੇ ਵੀ ਫੋਨ ਕਰਕੇ ਪੁੱਛਿਆ, ਵਜ੍ਹਾ ਆ ਤੁਹਾਨੂੰ ਸੁਣਾ ਦਿੰਦੇ ਹਾਂ, ਸੁਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕੱਲ ਭਾਈ ਬਲਦੇਵ ਸਿੰਘ ਜੀ ਵਡਾਲਾ ਆ ਰਹੇ, ਕੀ ਟਾਈਮ ਉਹਨਾਂ ਦਾ? ਹਾਂਜੀ, ਅੱਛਾ, ਵਡਾਲਾ ਸਾਹਿਬ ਨੀ ਆ ਰਹੇ? ਹਾਂਜੀ, ਮੈਂ ਜੀ ਜਸਬੀਰ ਸਿੰਘ ਬੋਲ ਰਿਹਾ ਜੀ, ਬੰਧੂ ਰੱਖ ਤੋਂ ਜੀ। ਜੀ ਉਹਨਾਂ ਦੇ ਕੌਣ ਆ ਰਹੇ ਜੀ? ਕੇ ਭਾਈ ਵਡਾਲਾ ਸਾਹਿਬ, ਭਾਈ ਸਾਹਿਬ ਇੱਥੇ ਨੀ ਹਨ? ਠੀਕ ਹੈ, ਭਾਈ ਸਾਹਿਬ ਦੂਜੇ ਭਾਈ ਸਾਹਿਬ ਦਾ ਕੀ ਟਾਈਮ ਹੈ? ਭਾਈ ਸਾਹਿਬ ਉਹਨਾਂ ਦਾ 11 ਤੋਂ 12:30 ਤੱਕ ਟਾਈਮ। ਹਾਂ ਸੰਗਤ ਜੀ, ਤੁਸੀਂ ਸੁਣਿਆ ਹੋਏਗਾ ਕਿ ਅਸੀਂ ਇਸ ਕਰਕੇ ਕੀਰਤਨ ਨਹੀਂ ਕਰਾਉਣਾ ਕਿ ਭਾਈ ਸਾਹਿਬ ਨੇ ਸਰੂਪਾਂ ਦੀ ਗੱਲ ਕਰਨੀ। ਐਨ ਮੌਕੇ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਬਲਦੇਵ ਸਿੰਘ ਵਡਾਲਾ ਜੀ ਦਾ ਕੀਰਤਨ ਰੱਦ ਕਰਵਾਇਆ, ਪਰ ਜੰਮੂ ਦੀਆਂ ਸਿੱਖ ਸੰਗਤਾਂ ਨੇ ਐਨ ਮੌਕੇ 'ਤੇ ਕਿਸੇ ਹੋਰ ਗੁਰਦੁਆਰਾ ਸਾਹਿਬ ਵਿਖੇ ਭਾਈ ਬਲਦੇਵ ਸਿੰਘ ਵਡਾਲਾ ਜੀ ਦਾ ਕੀਰਤਨ ਕਰਵਾਇਆ। ਅਤੇ ਤੁਹਾਡਾ ਮੈਂ ਰਿਣੀ ਹਾਂ ਸਾਰੀਆਂ ਸੰਗਤਾਂ ਦਾ ਕਿ ਇਹ ਜਿੰਨਾ ਸੰਗਤ ਦਾ ਇਕੱਠ ਸੀ ਅਤੇ ਭਾਵੇਂ ਕਿ ਸਮਾਂ 7 ਤੋਂ 8 ਦੀ ਬਜਾਏ 8 ਤੋਂ 9:30 ਵਜੇ ਤੱਕ ਚੱਲਿਆ ਗਿਆ, ਕਿਸੇ ਨੇ ਉੱਚੀ ਸਾਹ ਨਹੀਂ ਲਿਆ, ਕੋਈ ਉੱਠ ਕੇ ਨਹੀਂ ਗਿਆ। ਜਿੰਨੀ ਸੰਗਤ ਆਈ ਉਹਨਾਂ ਸਾਰਿਆਂ ਨੇ ਬੈਠ ਕੇ ਸੁਣਿਆ। ਇੱਥੋਂ ਮਹਿਸੂਸ ਹੁੰਦਾ ਹੈ ਇਨਸਾਫ ਚਾਹੁੰਦੇ ਨੇ, ਗੁਰੂ ਨੂੰ ਪਿਆਰ ਕਰਦੇ ਨੇ ਔਰ ਭਵਿੱਖ ਦੀ ਤਲਾਸ਼ ਵਿੱਚ ਨੇ। ਅਸੀਂ ਆਪਣੀ ਅਡਰੀ ਹੋਂਦ, ਗੁਰੂ ਸਾਹਿਬ ਦਾ ਅਦਬ ਅਤੇ ਗੁਰੂ ਸਾਹਿਬਾਂ ਦੀ ਹੋਂਦ ਨੂੰ ਕਿਵੇਂ ਕਾਇਮ ਰੱਖ ਸਕਦੇ ਹਾਂ? ਅਤੇ ਮੈਂ ਇਹੀ ਕਹਿ ਸਕਦਾ, ਜੋ ਕੁਝ ਹੋਇਆ ਸਾਡੀ ਦਿਨਾਈ ਕਰਕੇ ਨਹੀਂ, ਇਹ ਤੁਹਾਡੀ ਬਖਸ਼ਿਸ਼ ਸੰਗਤ ਦੀ ਅਤੇ ਗੁਰੂ ਦੀ। ਅਤੇ ਦੂਜੇ ਪਾਸੇ ਜੰਮੂ ਦੀ ਸੰਗਤ ਨੇ ਵਿਖਾ ਦਿੱਤਾ ਕਿ ਅਸੀਂ ਗੁਰੂ ਘਰ ਦੇ ਕੀਰਤਨੀਆਂ ਨੂੰ, ਗੁਰੂ ਕੇ ਪ੍ਰਚਾਰਕਾਂ ਨੂੰ ਇਵੇਂ ਰੱਖਾਂਗੇ ਜਿਵੇਂ ਬੱਤੀ ਦੰਦਾਂ ਨੇ ਜਵਾਨ ਸੰਭਾਲ ਕੇ ਰੱਖੀ।